ਨਹੀਂ ਤੁਹਾਡੀ ਨੀ ਆਊ ਵਿੱਚ ਜੀ, ਤੁਹਾਡੀ ਨੀ ਆਉਂਦੀ। ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ, ਲਓ ਜੀ ਸੇਲ ਸਟਾਰਟ ਹੋ ਚੁੱਕੀ ਆ। ਸਾਰੇ ਜਣੇ ਹੁਮ ਹਮ ਆ ਕੇ ਪਹੁੰਚ ਜਾਓ। 2 ਮਿੰਟ ਪਹਿਲਾਂ ਸੇਲ ਸਟਾਰਟ ਕਰਤੀ, ਕਸਟਮਰ ਵੇਟ ਕਰਦੇ ਪਏ ਸੀਗੇ। 650 ਰੁਪਏ ਵਾਲਾ ਸੂਟ, 1850, 2000 ਰੁਪਇਆ, 2250 ਵਾਲਾ ਸੂਟ ਸਿਰਫ 650 ਦੇ ਵਿੱਚ ਜੀ। ਉਹਦੇ ਫੜੀ ਬਣਿਆ ਫੋਨ, ਮੈਂ ਦੂਜਾ ਫੋਨ ਲਾਊਂਗਾ। ਓਨਲੀ 650 ਉਹ ਗਲਤੀ ਨਾ ਆਈਆਂ ਵਿੱਚ। ਲੋ ਜੀ ਮੇਲੇ ਲੱਗੇ ਹੋਏ ਆ ਜੀ ਬੰਗਾ ਰੋਡ ਤੇ, ਸੇਲ ਸਟਾਰਟ ਹੋ ਚੁੱਕੀ ਆ ਜੀ। 650 ਰੁਪਏ ਵਾਲੀ ਸੇਲ, ਲੋ ਜੀ 2 ਮਿੰਟ ਪਹਿਲਾਂ। ਲੋ ਜੀ 2 ਮਿੰਟ ਪਹਿਲਾਂ ਹੀ ਆਪਾਂ ਸਟਾਰਟ ਕਰ ਦਿੱਤੀ ਆ ਸੇਲ। ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ, 1850, 2250 ਚ 525 ਵਾਲੀ ਵੀ ਸੇਲ ਸਟਾਰਟ ਹੋਈ ਆ, 150 ਵਾਲੀ ਸੇਲ ਵੀ ਲੱਗੀ ਆ, ਤੇ 650 ਵਾਲੀ ਸੇਲ ਵੀ ਲੱਗੀ ਆ ਜੀ। ਸੋਨੀਆ ਰਵੀ ਪਟੇਲ ਜੀ, ਗੁੱਡ ਮਾਰਨਿੰਗ ਜੀ, ਰਾਮ ਰਾਮ ਜੀ। ਲਓ ਜੀ ਆ ਗਈ 525 ਵਾਲੀ ਸੇਲ ਜੀ। ਲੋ ਜੀ 1300 ਦੇ 2 ਸੂਟ ਆ ਜੀ, ਰੈਡੀ ਟੂ ਵੇਅਰ ਹੈ। ਹਾਂਜੀ ਹਾਂਜੀ ਰੈਡੀ ਟੂ ਵੇਅਰ ਵੀ ਹੈਗੇ ਜੀ। ਹੈਲੋ ਖੋਲੋ ਭਾਜੀ, ਬਲੈਕ 525 ਦੇ ਵਿੱਚ, 500 ਰੁਪਏ ਵਿੱਚ ਉਹ ਪਿਆ ਬਲੈਕ ਨਾ ਖੋਲੀ। ਆ ਹੈਗਾ ਜੀ 500 ਵਾਲਾ ਤੇ ਆ ਹੈਗੇ 525 ਵਾਲੇ ਜੀ। ਇੱਧਰ ਲੱਗੀ ਹੋਈ ਆ 650 ਵਾਲੀ ਸੇਲ, ਤੇ ਅੱਗੇ ਲੱਗੀ ਹੋਈ ਜੀ 150 ਵਾਲੀ ਸੇਲ ਜੀ। ਬਾਕੀ ਹੁਣ ਆਪਾਂ ਤੁਹਾਨੂੰ ਰੈਡੀਮੇਡ ਦਾ ਕਲੈਕਸ਼ਨ ਦਿਖਾ ਦਿੰਦੇ, ਰੈਡੀਮੇਡ ਦੀ ਕਲੈਕਸ਼ਨ। ਸਤਿ ਸ੍ਰੀ ਅਕਾਲ ਜੀ ਜੋਨੀ ਦਸਾਂਝ ਜੀ, ਸਤਿ ਸ੍ਰੀ ਅਕਾਲ ਜੀ। ਲਓ ਜੀ ਹੈਰੀ ਹਰਮਨ ਜੀ, ਗੁੱਡ ਮਾਰਨਿੰਗ ਜੀ। ਲਓ ਜੀ ਆ ਗਿਆ ਆਫ ਵਾਈਟ ਕਲਰ ਦੇ ਵਿੱਚ ਸੂਟ, ਸੂਟ ਬੜਾ ਹੀ ਪਿਆਰਾ ਜੀ, ਬਹੁਤ ਹੀ ਪਿਆਰਾ ਸੂਟ ਆ ਜੀ, ਜਾਫੇ ਦੇ ਨਾਲ ਕਲੀਆ ਵਾਲਾ ਜਾਫਾ। ਨਾਲ ਆ ਗਈ ਜੀ ਸ਼ਰਟ, ਮੰਜੂ ਸਿੰਘ ਜੀ ਗੁੱਡ ਮਾਰਨਿੰਗ ਜੀ। ਹੋਏ ਹੋਏ ਹੋਏ। ਲਓ ਜੀ ਟੋਟਲ ਹੈਂਡ ਵਰਕ ਆ ਜੀ, ਹੈਂਡ ਵਰਕ ਦੇ ਨਾਲ ਨੀਟ ਐਂਡ ਕਲੀਨ ਵਰਕ ਆ ਜੀ। ਦੀਪੇ ਦੱਬ ਦੇ। ਓਏ ਹੋਏ ਹੋਏ, ਆ ਗਿਆ ਜੀ ਦੁਪੱਟਾ, ਪਿਓਰ ਜ਼ੋਰ ਜੱਟ ਦਾ ਦੁਪੱਟਾ ਜੀ, ਪਿਓਰ ਜ਼ੋਰ ਜੱਟ ਦਾ ਦੁਪੱਟਾ, ਬੜਾ ਹੀ ਸੋਹਣਾ ਜੀ। ਨੀਸ਼ੂ ਜੀ ਗੁੱਡ ਮਾਰਨਿੰਗ ਜੀ, ਜੈਸਵਾਲ ਜੀ ਗੁੱਡ ਮਾਰਨਿੰਗ ਜੀ, ਗੁਰਦੇਵ ਕੌਰ ਜੀ ਗੁੱਡ ਮਾਰਨਿੰਗ ਜੀ। ਪ੍ਰਾਈਜ਼ ਵੀ ਆਪਾਂ ਤੁਹਾਨੂੰ ਦੱਸ ਦੇਣੇ ਆ ਜੀ ਹੁਣੀ।
ਮਨਪ੍ਰੀਤ ਕੌਰ ਬੇਦੀ ਜੀ, ਸਤਿ ਸ੍ਰੀ ਅਕਾਲ ਜੀ। ਅਵਤਾਰ ਜੀ ਵਟਸਐਪ ਤੇ ਰਿਪਲਾਈ ਨਹੀਂ ਕਰਦੇ, ਫਿਰ ਪੇਜ ਬਣਾਉਣ ਦਾ ਕੀ ਫਾਇਦਾ ਜੀ? ਹਾਂਜੀ, ਵਟਸਐਪ ਤੇ ਵੀ ਰਿਪਲਾਈ ਕਰਾਂਗੇ ਜੀ। ਪੰਕੁਸ਼ ਜੀ, ਗੁਰਜੋਤ ਜੀ, ਗੁੱਡ ਮੋਰਨਿੰਗ ਜੀ। ਸਿਮਰ ਜੀ, ਗੁੱਡ ਮੋਰਨਿੰਗ ਜੀ। ਕੋਮਲ ਜੀ, ਇਹਦਾ ਰੇਟ ਦੱਸ ਦਿਓ ਭਾਜੀ ਕਿੰਨਾ? ਲੋ ਜੀ, 14,210 ਰੁਪਏ ਦੇ ਵਿੱਚ ਮਿਲ ਜਾਣਾ ਸੀਗਾ ਆਹ ਵਾਲਾ ਪੀਸ ਤੁਹਾਨੂੰ। ਲਿਆਓ ਜੀ, ਅੱਗੇ ਦਿਖਾਓ ਜੀ। ਕੋਮਲ ਜੀ, ਗੁੱਡ ਮੋਰਨਿੰਗ ਜੀ। ਗੁਰਪ੍ਰੀਤ ਜੀ, ਗੁੱਡ ਮੋਰਨਿੰਗ। ਮਾਹੀ ਰਾਜਪੂਤ ਜੀ, ਸਲੀਮ ਜੀ, ਗੁੱਜਰ ਜੀ, ਗੁਰਪ੍ਰੀਤ ਜੀ, ਆਰਿਆਂ ਨੂੰ ਗੁੱਡ ਮੋਰਨਿੰਗ ਜੀ। ਹਾਂਜੀ ਬੰਕੂ ਜੀ, ਹੈਗੇ ਜੀ। 150 ਵਾਲੀ ਸੇਲ ਵੀ ਲੱਗੀ ਹੋਈ ਆ, 525 ਵਾਲੀ ਸੇਲ ਵੀ ਲੱਗੀ ਹੋਈ ਆ। ਅਮਨਦੀਪ ਕੌਰ ਜੀ, ਵੈਰੀ ਨਾਈਸ। ਸਿਮਰਨ ਸੁਨੀਲ ਸ਼ਰਮਾ ਜੀ, ਗੁੱਡ ਮੋਰਨਿੰਗ ਜੀ। ਸੋਨੀਆ ਰਵੀ ਪਟੇਲ ਜੀ ਕਹਿੰਦੇ ਸੁਪਰਬ। ਕੋ ਜੱਟੀ ਜੀ ਕਹਿੰਦੇ ਗੁੱਡ ਮੋਰਨਿੰਗ ਜੀ ਚਾਚਾ ਜੀ। ਚਾਚਾ ਨੀ ਹੈਗਾ ਮੈਂ, ਗੋਰਾ ਆ। ਲਓ ਜੀ, ਆਰਟੀਕਲ ਬਹੁਤ ਹੀ ਪਿਆਰਾ ਆ ਗਿਆ ਜੀ ਬਣ ਕੇ। ਇਹ ਜਾਫੇ ਦੇ ਨਾਲ ਜੀ ਆ ਗਿਆ ਜੀ, ਜਾਫੇ ਦੇ ਵਰਕ ਆ ਗਿਆ, ਟੋਟਲ ਹੈਂਡ ਵਰਕ, ਇੰਗਲਿਸ਼ ਕਲਰ ਆ ਜੀ। ਤੇ ਆ ਗਿਆ ਜੀ ਸ਼ਰਟ ਫਰੰਟ ਕੱਟ ਦੇ ਨਾਲ, ਬਹੁਤ ਹੀ ਪਿਆਰਾ ਆਰਟੀਕਲ ਆ ਜੀ, ਬਹੁਤ ਹੀ ਪਿਆਰਾ। ਫਰੰਟ ਵੀ ਆ ਤੇ ਬੈਕ ਵੀ ਆ ਜੀ, ਫਰੰਟ ਐਂਡ ਬੈਕ ਸੇਮ ਜੀ। ਤੇ ਰੇਟ ਨਿਕਲਿਆ ਸੀਗਾ ਜੀ 21,500 ਵਾਲੇ ਦਾ। ਆਪਾਂ ਕਿੰਨੇ ਦੇਣਾ ਭਾਜੀ? 14,360 ਰੁਪਏ ਦਾ। ਲਓ ਜੀ, 14,360 ਰੁਪਏ ਦੇ ਵਿੱਚ ਜੀ। ਸੀਰਤ ਮਨ ਜੀ, ਗੁੱਡ ਮੋਰਨਿੰਗ ਜੀ। ਨਕੋਦਰ ਵਾਲੇ ਵੀ ਆ ਚੁੱਕੇ ਆ ਜੀ। ਸਿਮਰਨ ਸੁਨੀਲ ਸ਼ਰਮਾ ਜੀ ਕਹਿੰਦੇ ਸੋ ਬਿਊਟੀਫੁਲ। ਹਰ ਕਮਲ ਜੀ, ਨਾਈਸ। ਮੀਨਾ ਜੀ, ਗੁੱਡ ਮੋਰਨਿੰਗ। ਜਸਕਰਨ ਜੀ, ਨਾਈਸ। ਲਓ ਜੀ, ਕੈਰਟ ਕਲਰ ਦਾ ਆ ਗਿਆ ਸ਼ਰਾਰਾ। ਹਾਂਜੀ, ਪ੍ਰਾਈਜ਼ ਨਾਲ ਨਾਲ ਦੱਸੀ ਜਾਣੀ ਆਪਾਂ। ਗੁਰਜੋਤ ਜੀ, ਹੀਰ ਬਾਂਗਰ ਜੀ, ਵੈਰੀ ਨਾਈਸ। ਭੁੱਲਰ ਜੀ, ਗੁੱਡ ਮੋਰਨਿੰਗ। ਰਾਘਵ ਤੇਜੀ ਜੀ, ਗੁੱਡ ਮੋਰਨਿੰਗ ਜੀ। ਲਓ ਜੀ, ਸਿਮਰਨ ਜੀ ਕਹਿੰਦੇ ਨੰਬਰ 1। ਲਓ ਜੀ, ਸ਼ਰਟ ਤੇ ਆ ਗਈ ਜੀ ਟੋਟਲ ਹੈਂਡ ਵਰਕ ਦੇ ਨਾਲ ਜੀ, ਟੋਟਲ ਹੈਂਡ ਵਰਕ ਦੇ ਨਾਲ ਬਹੁਤ ਹੀ ਪਿਆਰਾ ਆਰਟੀਕਲ ਬਣ ਕੇ ਆਇਆ ਜੀ, ਬਹੁਤ ਹੀ ਪਿਆਰਾ। ਨਾਲ ਦੁਪੱਟਾ ਆ ਗਿਆ ਪੂਰਾ 4 ਸਾਈਡ ਦੁਪੱਟਾ ਜੀ, ਪੂਰੇ 4 ਸਾਈਡ ਦੁਪੱਟੇ ਦੇ ਨਾਲ ਜੀ। ਰਾਘਵ ਤੇਜੀ ਕਹਿੰਦੇ ਕਿੱਦਾਂ ਜੀ? ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ। ਲਓ ਜੀ, ਸੇਲ ਵਾਲੇ, ਸੇਲ ਸਟਾਰਟ ਹੋਈ ਪਈ ਹੈ ਜੀ, ਆ ਜਾਓ ਤੁਸੀਂ ਵੀ। 1,300 ਦੇ 2, 525 ਤੇ 150 ਵਾਲੀ ਜੀ, ਲਿਆਓ ਜੀ ਭਾਜੀ। ਭਾਜੀ ਰੇਟ ਕਿੰਨਾ ਨਿਕਲਿਆ ਇਹਦਾ? 11,500 ਵਾਲਾ। ਲਓ ਜੀ, 11,500 ਵਾਲਾ। ਆਪਾਂ ਕਿੰਨੇ ਦੇ ਦੇਣਾ ਭਾਜੀ? 9,999 ਰੁਪਏ ਦਾ। ਲਓ ਜੀ, 9,999 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ। ਲਓ ਜੀ, ਮਨਜੀਤ ਕੌਰ ਜੀ ਕਹਿੰਦੇ ਆਈ ਲਾਈਕ ਇਟ। ਰਵੀ ਪਟੇਲ ਜੀ ਕਹਿੰਦੇ ਨਾਈਸ। ਗੁਰਮੀਤ ਕੌਰ ਜੀ ਕਹਿੰਦੇ ਗੁੱਡ ਮੋਰਨਿੰਗ। ਸੋਨੀਆ ਰਵੀ ਪਟੇਲ ਜੀ ਕਹਿੰਦੇ ਐਕਸੀਲੈਂਟ। ਰਵੀ ਪਟੇਲ ਜੀ ਕਹਿੰਦੇ ਆ ਜੀ ਰਾਮ ਰਾਮ ਜੀ। ਉਹ ਧਰਵਿੰਦਰ ਜੀ ਕਹਿੰਦੇ ਨਾਈਸ।
ਰਾਘਵ ਤੇਜ ਜੀ ਕਹਿੰਦੇ ਵਧੀਆ ਜੀ। ਹੀਰ ਬਾਂਕਰ ਜੀ ਵਾਓ ਸੋ ਬਿਊਟੀਫੁਲ, ਥੈਂਕ ਯੂ ਜੀ। ਮਨਵੀਰ ਚੌਹਾਨ ਜੀ ਨਾਈਸ, ਗੁੱਡ ਮੋਰਨਿੰਗ ਜੀ ਮੋਟੋ, ਵੈਰੀ ਨਾਈਸ। ਅਮਨ ਮਾਨ ਜੀ ਗੁੱਡ ਮੋਰਨਿੰਗ। ਲਓ ਜੀ ਆ ਗਿਆ ਸ਼ੈਂਪੀਅਨ ਗੋਲਡ ਕਲਰ ਦਾ ਆਰਟੀਕਲ ਜੀ, ਜਾਫੇ ਦੇ ਨਾਲ ਆ ਗਿਆ ਜੀ ਜਾਫਾ। ਓਏ ਓਏ ਆ ਗਈ ਜੀ ਸ਼ਰਟ, ਸ਼ਰਟ ਤੇ ਵੀ ਬਨਾਰਸੀ ਸ਼ਰਟ ਆ ਜੀ, ਉੱਤੇ ਕੀਤਾ ਹੋਇਆ ਵਾ ਹੈਂਡ ਵਰਕ ਨਾਲ ਕੰਟਰਾਸਟ ਦੁਪੱਟਾ ਆ ਗਿਆ ਜੀ ਬਣ ਕੇ, ਕੰਟਰਾਸਟ ਦੁਪੱਟੇ ਦੇ ਨਾਲ ਜੀ। ਭਾਜੀ ਪ੍ਰਾਈਸ ਕਿੰਨਾ ਨਿਕਲਿਆ ਇਹਦਾ? 11,500। ਲਓ ਜੀ 11,500 ਵਾਲਾ ਆਪਾਂ ਕਿੰਨੇ ਦੇਣਾ ਭਾਜੀ? 8692 ਰੁਪਏ ਦਾ। ਲਓ ਜੀ 8692 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਆਹ ਵਾਲਾ ਆਰਟੀਕਲ, ਸਕਰੀਨਸ਼ੋਟ ਲੈ ਲਓ ਜੀ। ਜਸ ਬਾਂਗਰ ਜੀ ਕਹਿੰਦੇ ਨਾਈਸ, ਟੋ ਜੀ ਕਹਿੰਦੇ ਗੁੱਡ ਮੋਰਨਿੰਗ ਵੀਰ ਜੀ, ਗੁੱਡ ਮੋਰਨਿੰਗ ਜੀ। ਬਸ ਮੰਗਰ ਜੀ ਕਹਿੰਦੇ ਬਹੁਤ ਸੋਹਣੇ ਵੀਰੇ, ਧੰਨਵਾਦ ਜੀ। ਸਿਮਰਨ ਜੀ ਕਹਿੰਦੇ ਬੈਸਟ ਪਿਕ, ਮਨੋਹਰ ਮਨੋਹਰ ਜੀ ਵੈਰੀ ਨਾਈਸ ਜੀ। ਪੂਜਾ ਜੀ, ਰਾਧੇ ਰਾਧੇ ਜੀ। ਹੋਏ ਹੋਏ ਆਰਟੀਕਲ ਆਏ ਜੀ ਬਣ ਕੇ, ਬਹੁਤ ਹੀ ਪਿਆਰਾ ਜੀ, ਬ੍ਰਾਈਡਲ ਦੇ ਵਿੱਚ, ਬ੍ਰਾਈਡਲ ਦੇ ਵਿੱਚ ਬਣ ਕੇ ਆਈ ਆ ਜੀ ਅਨਾਰਕਲੀ, ਇਹ ਹੈਗੀ ਜੀ ਅਨਾਰਕਲੀ। ਲਓ ਜੀ ਜਿਹੜਾ ਵਰਕ ਕੀਤਾ ਹੋਇਆ ਜੀ ਸਾਰਾ ਹੀ ਹੱਥ ਦਾ ਕੰਮ ਆ ਜੀ, ਦਬਕੇ ਦਾ ਕੰਮ ਆ ਜੀ। ਰੱਤੂ ਸਾਹਿਬ ਜੀ ਗੁੱਡ ਮੋਰਨਿੰਗ ਜੀ। ਲਓ ਜੀ ਟੋਟਲ ਹੈਂਡ ਵਰਕ ਆ ਜੀ, ਦਬਕੇ ਦਾ ਕੰਮ ਆ ਜੀ। ਲਓ ਜੀ ਕਲੋਜ਼ ਤੋਂ ਦਿਖਾਲ ਦਿੰਦੇ ਆਪਾਂ, ਪੂਰਾ ਹੈਵੀ ਪੀਸ ਆ ਜੀ ਹੈਵੀ, ਤੇ ਜਿਹੜਾ ਕਿ ਸਭ ਤੋਂ ਮਹਿੰਗਾ ਵਰਕ ਹੁੰਦਾ ਜੀ ਉਹ ਵਰਕ ਕੀਤਾ ਹੋਇਆ ਵਾ, ਜਿੱਥੇ ਆ ਕੇ ਵਰਕ ਦਾ ਐਂਡ ਹੋ ਜਾਂਦਾ। ਓਏ ਹੋਏ ਨਾਲ ਆ ਗਿਆ ਜੀ ਫੋਰ ਸਾਈਡ ਦੁਪੱਟਾ ਜੀ, ਫੋਰ ਸਾਈਡ ਦੁਪੱਟੇ ਦੇ ਨਾਲ। ਲਓ ਜੀ ਰਾਘਵ ਤੇਜੀ ਜੀ ਕਹਿੰਦੇ ਰਾਈਟ, ਅਮਨ ਮਾਨ ਜੀ ਕਹਿੰਦੇ ਪ੍ਰਿੰਟਡ ਕਰੇਬ ਆ ਜੀ, ਪ੍ਰਿੰਟਡ ਕਰੇਬ ਵੀ ਮਿਲ ਜੂਗੀ। ਰੱਤੂ ਸਾਹਿਬ ਜੀ ਕਹਿੰਦੇ ਸੁਪਰਬ। ਓਏ ਹੋਏ ਭਾਜੀ ਪ੍ਰਾਈਜ਼ ਕਿੰਨਾ ਨਿਕਲ ਗਿਆ ਇਹਦਾ? ਲਓ ਜੀ ਹਲੇ ਸੈਂਪਲ ਹੀ ਬਣ ਕੇ ਆਇਆ ਵਾ ਜੀ, ਤੇ ਪ੍ਰਾਈਜ਼ ਹਲੇ ਇਹਦਾ ਨਿਕਲਣਾ ਜੀ। ਚਲੋ ਭਾਜੀ ਨੈਕਸਟ ਆਰਟੀਕਲ ਵੇਚ ਲਾਂਗੇ। ਓਏ 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 ਆ ਗਈ ਨਾਰਕਲੀ, ਟੋਟਲੀ ਹੱਥ ਦਾ ਕੰਮ ਹੈ ਜੀ ਹੈਂਡ ਵਰਕ ਦੇ ਨਾਲ। ਲਓ ਜੀ ਆ ਗਿਆ ਜੀ ਹੈਂਡ ਵਰਕ ਜੀ, ਟੋਟਲ ਹੈਂਡ ਵਰਕ ਆ ਜੀ। ਆ ਗਿਆ ਜੀ ਇਹਦੇ ਫਰੰਟ ਫੋਟੋ ਵਾਲਾ ਪੀਸ ਆ ਜੀ, ਸੇਮ ਟੂ ਸੇਮ ਫੋਟੋ ਵਾਲਾ ਪੀਸ। ਏਦਾਂ ਹੀ ਇਹਦੀ ਬੈਕ ਤੇ ਵੀ ਵਰਕ ਆ ਜੀ, ਜਿੱਦਾਂ ਸੇਮ ਆ ਉਦਾਂ ਹੀ ਇਹਦੀ ਬੈਕ ਆ ਜੀ, ਤੇ ਏਦਾਂ ਹੀ ਆ ਗਿਆ ਜੀ ਬੋਡੀ ਤੇ ਵਰਕ, ਤੇ ਨਾਲ ਦੁਪੱਟਾ ਆ ਗਿਆ ਜੀ ਪੂਰਾ ਹੈਵੀ ਦੁਪੱਟਾ ਜੀ, ਹੈਵੀ ਦੁਪੱਟੇ ਦੇ ਨਾਲ। ਲਓ ਜੀ ਦੁਪੱਟਾ ਵੀ ਪੂਰਾ ਹੈਵੀ ਫੋਰ ਸਾਈਡ ਦੁਪੱਟੇ ਦੇ ਨਾਲ ਜੀ, ਪ੍ਰਾਈਜ਼ ਇਹਨਾਂ ਦੇ ਹਲੇ ਆਉਣੇ ਆ ਜੀ।
ਲਓ ਜੀ ਨਾਲ ਆ ਗਿਆ ਜੀ ਪਰਸ। ਲਓ ਜੀ ਨੈਕਸਟ ਆਰਟੀਕਲ। ਹੋਏ ਹੋਏ ਹੋਏ, ਬਹੁਤ ਹੀ ਪਿਆਰਾ ਆਰਟੀਕਲ ਬਣ ਕੇ ਆਇਆ ਜੀ, ਬਹੁਤ ਹੀ ਪਿਆਰਾ, ਆਫ ਵਾਈਟ ਕਲਰ ਦੇ ਵਿੱਚ ਜੀ, ਸਲਵਾਰ ਦੇ ਨਾਲ। ਲਓ ਜੀ ਆ ਗਿਆ ਜੀ ਸਲਵਾਰ, ਪਟਿਆਲਾ ਸਲਵਾਰ ਦੇ ਨਾਲ ਜੀ। ਹੋਏ ਹੋਏ, ਟੋਟਲੀ ਹੈਂਡ ਵਰਕ ਆ ਜੀ, ਹੈਂਡ ਵਰਕ ਦੇ ਨਾਲ। ਤੇ ਨਾਲ ਆ ਗਿਆ ਜੀ ਦੁਪੱਟਾ, ਦੁਪੱਟਾ ਨੈੱਟ ਦਾ ਜੀ, ਨੈੱਟ ਦੇ ਦੁਪੱਟੇ ਦੇ ਨਾਲ। ਲਓ ਜੀ ਨੈੱਟ ਦੇ ਦੁਪੱਟੇ ਦੇ ਨਾਲ ਆਰਟੀਕਲ ਬਣ ਕੇ ਆਇਆ ਜੀ, ਰੰਗ ਬਣ ਕੇ ਆ ਗਿਆ ਜੀ, ਦੋ ਰੰਗ ਦੋਨੇ ਬੜੇ ਸੋਹਣੇ ਜੀ, ਤਿੰਨ ਰੰਗ ਆ, ਇੱਕੋ ਤੁਹਾਡੇ ਪਿੱਛੇ ਭਾਜੀ, ਇੱਧਰਲੇ ਸਾਈਡ ਤੇ ਲਵੈਂਡਰ ਲੱਗਾ, ਉੱਪਰੋਂ ਦੂਜਾ, ਇਹ ਹੋਰ ਉਹ ਮਣੀ ਭਾਈ ਮਗਰ ਲੱਗਾ ਤੁਹਾਡੇ, ਲਵੈਂਡਰ ਰੰਗ ਉਹ ਮਗਰ ਲੱਗਾ। ਲਓ ਜੀ ਰੰਗ ਤਿੰਨ ਆ ਗਏ ਜੀ ਬਣ ਕੇ, ਤਿੰਨ ਰੰਗ ਨਹੀਂ ਲੱਭਣੇ ਜੀ, ਕਰੀਮ ਕਲਰ ਆ ਗਿਆ ਜੀ, ਤਾਸ਼ੀਓ ਕਲਰ ਆ ਗਿਆ ਤੇ ਲਵੈਂਡਰ ਕਲਰ ਆ ਗਿਆ ਭਾਜੀ। ਤੇ ਰੇਟ ਭਾਜੀ ਕਿੰਨਾ ਨਿਕਲ ਗਿਆ ਰੇਟ ਭਾਜੀ ਇਹਦਾ? 7600 ਆਪਾਂ ਕਿੰਨੇ ਦਾ ਦੇ ਦੇਣਾ ਭਾਜੀ? 6899। ਲਓ ਜੀ 7800 ਪੀਸ ਆਪਾਂ ਦੇ ਦੇਣਾ ਸਿਰਫ 6899। ਧਾਲੀਵਾਲ ਜੀ ਕਹਿੰਦੇ ਸੁਪਰ। ਇਹ ਤਾਂ ਭਾਜੀ ਆਂਦੇ ਆ ਤੇ ਨਾਲ ਹੀ ਹੋ ਜਾਂਦੇ ਫੁਰ, ਇਹ ਹੋ ਜਾਂਦੇ ਫੁਰ। ਭਾਜੀ ਮੇਰਾ ਕੈਮਰਾ ਨੀ ਹਟਦਾ ਪੀਸ ਤੋਂ, ਭਾਜੀ ਪੀਸ ਇੰਨਾ ਸ਼ਾਨਦਾਰ ਬਣ ਗਿਆ, ਕੈਮਰਾ ਹੀ ਨੀ ਹਟਦਾ ਇਸ ਤੋਂ। ਕਲਰ ਆਏ ਬਣ ਕੇ ਦੋ, ਦੇਖੋ ਜੀ ਸਟ੍ਰੈਪ ਵਾਲਾ, ਵਾਈਟ ਆ ਗਿਆ ਤੇ ਬਲੈਕ ਕਲਰ ਆ ਗਿਆ। ਲੋ ਜੀ ਇੱਕ ਪਾਸੇ ਭਾਜੀ ਨੇ ਖੋਲਤਾ ਬਲੈਕ ਤੇ ਇੱਕ ਪਾਸੇ ਖੋਲਤਾ ਕਰੀਮ, ਇੱਕ ਪਾਸੇ ਬਲੈਕ ਇੱਕ ਪਾਸੇ ਕਰੀਮ। ਲੋ ਜੀ ਖਾਲਸਾ ਜੀ ਕਹਿੰਦੇ ਵੈਰੀ ਨਾਈਸ ਜੀ, ਵੈਰੀ ਨਾਈਸ। ਭਾਜੀ ਰੇਟ ਨਿਕਲ ਆਏਗਾ 16500 ਵਾਲਾ, ਕਢਾਈ ਸਾਰੀ ਐਮਬਰੋਇਡਰੀ ਹੈ, ਐਮਬਰੋਇਡਰੀ ਸਾਰੀ ਐਮਬਰੋਇਡਰੀ ਜੀ, ਦੁਪੱਟੇ ਤੇ ਵੀ ਐਮਬਰੋਇਡਰੀ, ਦੁਪੱਟੇ ਆਣੇ ਪਿਓਰ ਕਮਲ ਚਨੌਨ ਦੇ, ਨਾਲ ਸ਼ਰਾਰੇ ਵੀ ਹੈਵੀ। ਲੋ ਜੀ ਰੰਗ ਬਣ ਕੇ ਆਇਆ ਫਰੋਜੀ, ਰੰਗ ਬਣ ਕੇ ਆਇਆ ਐਫਰੋਜੀ, ਕਲਰ ਇਹ ਬਣ ਕੇ ਆਇਆ ਐਫਰੋਜੀ, ਇਹਨੂੰ ਕਹਿੰਦੇ ਫਰੋਜੀ।
ਫਰੋਜੀ ਦੇਖੋ ਜੀ, ਬੜਾ ਹੀ ਪਿਆਰਾ ਆਰਟੀਕਲ ਆ ਜੀ, ਸਾਰੀ ਐਮਬਰਾਇਡਰੀ ਹੈ, ਐਮਬਰਾਇਡਰੀ ਜੀ, ਪ੍ਰਿੰਟਿੰਗ ਦੇ ਉੱਤੇ ਹਾਈਲਾਈਟ, ਬੜਾ ਹੀ ਸ਼ਾਨਦਾਰ ਪੀਸ ਆ ਜੀ, ਬੜਾ ਹੀ ਸ਼ਾਨਦਾਰ। ਇਹਨੂੰ ਕਹਿੰਦੇ ਸ਼ਰਾਰਾ, ਜਿਹੜਾ ਲੱਗਦਾ ਭੈਣਾਂ ਨੂੰ ਬੜਾ ਹੀ ਪਿਆਰਾ। ਰੇਟ ਕੀ ਨਿਕਲਿਆ ਭਾਜੀ? ਕਹਿੰਦੇ ਪ੍ਰਾਈਸ ਪਲੀਜ਼। 3600 ਰੁਪਏ ਦਾ। ਕਿੰਨਾ ਰੇਟ ਜੀ? 7600 ਰੁਪਏ ਦੀ ਰੇਂਜ ਦੇ ਵਿਚ ਆ ਜੀ ਆਹ ਵਾਲਾ ਆਰਟੀਕਲ ਤੁਹਾਡਾ ਆਪਣਾ ਜੀ। ਸਿਰਫ ਤੁਹਾਡੀ ਵੇਟ ਹੋ ਰਹੀ ਹੈ ਜੀ, ਬੈਡਿੰਗ ਸੀਜ਼ਨ ਹੋ ਚੁੱਕਾ ਸ਼ੁਰੂ, ਸਿਰਫ ਤੁਹਾਡੀ ਵੇਟ ਹੋ ਰਹੀ ਹੈ। ਤੁਸੀਂ ਜਲਦੀ ਤੋਂ ਜਲਦੀ ਵਿਜਿਟ ਕਰੋ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਤੇ ਜੀ। ਇਹ ਤੁਹਾਨੂੰ ਸਕਰੀਨ ਦੇ ਵਿਚ ਕਲਰ ਜਾ ਰਿਹਾ ਗ੍ਰੇ, ਲੇਕਿਨ ਕਲਰ ਹੈਗਾ ਜੀ ਡਾਕਟਰ ਬਲੂ ਕਲਰ ਜੀ, ਡਾਕਟਰ ਬਲੂ ਕਲਰ। ਲੋ ਜੀ ਕਹਿੰਦੇ ਕੋਟੀਆਂ ਵਾਲੀ ਲੈਸ ਆ ਜੀ, ਇਹ ਵੀ ਕਢਾਈ ਕਰਕੇ ਲਗਾਈ ਜਾਂਦੀ ਹੈ ਜੀ, ਕੱਲੇ ਕੱਲੇ ਲਟਕਣ ਦੇ ਉੱਤੇ ਕਢਾਈ ਹੋਈ ਹੈ, ਪਰਲ ਵਰਕ ਦੀ ਕਢਾਈ ਜੀ। ਪੀਸ ਬੜਾ ਹੀ ਸ਼ਾਨਦਾਰ ਜੀ, ਕਹਿੰਦੇ ਡਾਕਟਰ ਬਲੂ ਕਲਰ ਕਮਲ ਚਨੌਨ ਦੇ ਦੁਪੱਟੇ ਦੇ ਨਾਲ, ਫੁੱਲ ਪਿਓਰ ਦੇ ਦੁਪੱਟੇ ਕਮਲ ਚਨੌਨ ਦੇ ਜੀ। ਲੋ ਜੀ ਬਣ ਕੇ ਆ ਗਿਆ ਜਾਫਾ, ਕਲੀਆਂ ਵਾਲਾ ਜਾਫਾ। ਇਹ ਕਹਿੰਦੇ ਜੀ ਲੈ ਦੇ ਮੈਨੂੰ ਜਾਫਾ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਤੋਂ ਜੀ। ਬੜਾ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਪੀਸ ਬਣ ਗਿਆ ਜੀ। ਏਦਾਂ ਡਾਈ ਕਰਨੀ ਹੋਵੇ ਤੇ ਆਮ ਇੱਥੇ ਪੰਜਾਬ ਚ ਕਿਸੇ ਕੋਈ ਡਾਇਰ ਏਦਾਂ ਦਾ ਨਹੀਂ ਹੈਗਾ ਜੀ ਜਿਹੜਾ ਏਦਾਂ ਦੀ ਡਾਈ ਕਰ ਦੇਵੇ ਜੀ, ਕਿਸੇ ਡਾਇਰ ਕੋਲ ਏਦਾਂ ਦੀ ਮਸ਼ੀਨ ਹੈ ਨੀ ਵੀ ਏਦਾਂ ਦੀ ਡਾਈ ਕਰ ਦੇਵੇ ਜੀ। ਇਹਦੇ ਲਈ ਸਪੈਸ਼ਲ ਮਸ਼ੀਨਾਂ ਤਿਆਰ ਕਰਾਈਆਂ ਗਈਆਂ ਜੀ, ਸਪੈਸ਼ਲ ਮਸ਼ੀਨਾਂ ਜੀ। ਲੋ ਜੀ ਕਲਰ ਬਣ ਕੇ ਆ ਗਿਆ ਜਿੰਜਰ, ਜਿੰਜਰ ਕਲਰ ਬਣ ਕੇ ਆ ਗਿਆ ਜਿੰਜਰ, ਜਿੰਜਰ ਕਲਰ ਭਾਜੀ ਜਿੰਜਰ। ਮੈਂ ਕਿਹਾ ਸ਼ਾਹੀ ਪਟਿਆਲਾ ਸਲਵਾਰ ਦੇ ਨਾਲ ਜੀ, ਆਹ ਦੇਖੋ ਮੁੰਡੇ ਨੇ ਕੋਲ ਹੀ ਰੱਖੀ ਸ਼ਾਹੀ ਪਟਿਆਲਾ ਸਲਵਾਰ, ਇਹਨੂੰ ਕਹਿੰਦੇ ਸ਼ਾਹੀ ਪਟਿਆਲਾ, ਸਾਰਾ ਦਬਕੇ ਦਾ ਕੰਮ ਆ ਜੀ। ਮੈਂ ਤੁਹਾਨੂੰ ਕਲੋਥ ਤੋਂ ਦਿਖਾ ਰਿਹਾ ਦਬਕੇ ਦਾ ਕੰਮ, ਜਿੱਥੇ ਆ ਗਏ ਹੋ ਜਾਂਦਾ ਮਟੀਰੀਅਲ ਦਾ ਐਂਡ, ਉਸ ਕੰਮ ਦੇ ਵਿਚ ਆ ਗਏ ਬਣ ਕੇ ਪਟਿਆਲਾ ਸ਼ਾਹੀ ਸਲਵਾਰ ਜੀ। ਲੋ ਜੀ ਲੇਡੀ ਦਾ ਫੇਵਰੇਟ ਕਲਰ ਵੀ ਆ ਗਿਆ ਜੈਟ ਬਲੈਕ, ਲੋ ਜੀ ਭੈਣਾਂ ਦਾ ਫੇਵਰੇਟ ਰੰਗ ਆ ਗਿਆ ਜੈਟ ਬਲੈਕ ਜੀ, ਸ਼ਾਹੀ ਪਟਿਆਲਾ ਸਲਵਾਰ ਕਲਰ ਬਣ ਕੇ ਆ ਗਏ ਦੋ, ਦੋਨੇ ਕਲਰ ਬੜੇ ਪਿਆਰੇ ਜੀ, ਕਿਹੜਾ ਰਵਾਂ ਤੇ ਕਿਹੜਾ ਛੱਡਾਂ ਜੀ।
ਰੇਟ ਨਿਕਲਿਆ ਭਾਜੀ 16,500 ਤੇ ਆਪਾਂ ਕਿੰਨੇ ਦਾ ਦੇਣਾ ਭਾਜੀ? ਲੋ ਜੀ ਆਸ਼ੂ ਦੀ ਹੱਟੀ ਦਾ ਰੇਟ ਹੈ ਜੀ 8,999 ਰੁਪਏ ਦੇ ਵਿਚ ਜੀ। ਭਾਜੀ ਸਣੀ ਅਨੀਤਾ ਜੀ ਕਹਿੰਦੇ ਸਾੜੀ ਦਿਖਾਓ ਭਾਜੀ, ਸਾੜੀ ਇੱਕ ਵਾਰੀ ਮੇਲਾ ਸਾੜੀਆਂ ਦਾ ਵੀ ਲਾ ਦਿਓ ਜੀ। ਆ ਪੁੱਤਰ ਸਾੜੀਆਂ ਦੇ ਪਾਰਸਲ ਖੋਲ, ਉਧਰ ਬਾਹਰ 5 ਪਾਰਸਲ ਆਏ ਸਾੜੀਆਂ ਦੇ, ਸਾੜੀਆਂ ਦੇ ਪਾਰਸਲ ਖਿਲਾਓ, ਸਾੜੀਆਂ ਦੇ ਪਾਰਸਲ ਖੋਲ ਦਿਓ। ਸਾਡੀਆਂ ਭੈਣਾਂ ਸਾੜੀਆਂ ਦੇਖਣ ਦੀ ਇੱਛੁਕ ਹੈ ਜੀ, ਸਾੜੀਆਂ ਦਿਖਾਉਣੀਆਂ ਆਪਾਂ ਥੋੜੀ ਦੇਰ ਤੱਕ, ਥੋੜੀ ਦੇਰ ਤੱਕ ਤੁਹਾਨੂੰ ਦਿਖਾਵਾਂਗੇ ਸਾੜੀਆਂ। ਲੋ ਜੀ ਇਹਨੂੰ ਕਹਿੰਦੇ ਬ੍ਰਾਈਡਲ, ਬ੍ਰਾਈਡਲ ਸੂਟ ਜੀ, ਬ੍ਰਾਈਡਲ ਮੈਂ ਲੈਣੀਆਂ ਲਾਵਾਂ ਰੈਡ ਸੂਟ ਦੇ ਨਾਲ ਜੀ। ਆ ਦੇਖੋ ਦੁਪੱਟਾ 2 ਸਾਈਡ ਬਾਰਡਰ ਦੇ ਵਿਚ ਹੈ ਜੀ, ਦੁਪੱਟਾ ਪੂਰਾ ਹੈਂਡ ਵਰਕ, 2 ਸਾਈਡ ਚੌੜਾ ਬਾਰਡਰ ਹੈ, 4 ਸਾਈਡ ਬਰੀਕ ਬਾਰਡਰ ਦੇ ਵਿਚ ਜੀ, ਸਾਰਾ ਹੀ ਹੈਂਡ ਵਰਕ ਦੇ ਨਾਲ ਇਹਨੂੰ ਕਹਿੰਦੇ ਬ੍ਰਾਈਡਲ ਸੂਟ। ਇਹਦਾ ਰੇਟ ਤਾਂ ਹੋਣਾ ਭਾਈ 17,000-18,000। ਅਠਾਰਾਂ ਹਜ਼ਾਰ ਦੀ ਰੇਂਜ ਚ ਹੈ ਜੀ ਸੂਟ, ਤੇ ਆਸ਼ੂ ਦੀ ਹੱਟੀ ਦਾ ਰੇਟ ਸੁਣ ਕੇ ਜਾਇਓ ਜੀ। ਲੋ ਜੀ 5,999 ਰੁਪਏ ਦੇ ਵਿਚ ਜੀ, ਵੱਡੇ ਚੈਲੰਜ ਕਰਕੇ ਦੇ ਰਹੇ ਆ ਜੀ, 5,999 ਰੁਪਏ ਦੇ ਵਿਚ ਪ੍ਰੋਪਰ ਬ੍ਰਾਈਡਲ ਸੂਟ ਜੀ। ਤੇ ਘੇਰਿਆਂ ਦੀ ਕਹਿੰਦੇ ਕੋਈ ਪ੍ਰੋਬਲਮ ਨੀ ਆਣੀ, ਤੁਸੀਂ ਰੱਖ ਲੋ 28 ਇੰਚ, 30 ਇੰਚ ਤੇ ਚਾਹੇ ਰੱਖ ਲੋ 32 ਇੰਚ ਘੇਰਾ ਜੀ। ਵੱਡੇ ਵੱਡੇ ਘੇਰਿਆਂ ਦੇ ਨਾਲ ਬਣ ਕੇ ਆਏ ਆ ਜੀ ਬ੍ਰਾਈਡਲ ਸੂਟ ਜੀ। ਲੋ ਜੀ ਇੱਕ ਪਾਸੇ ਖੁੱਲ ਗਿਆ ਬ੍ਰਾਈਡਲ ਸੂਟ, ਤੇ ਇੱਕ ਪਾਸੇ ਭਾਜੀ ਨੇ ਖੋਲਤੀ ਆ ਜੀ 1-piece ਡਰੈਸ ਜੀ, ਕੱਟ ਵਾਲੀ ਜੀ, ਕੱਟ ਵਾਲੀ ਫਰੰਟ ਕੱਟ ਦੇ ਨਾਲ ਆ ਜੀ। ਇਹਨੂੰ ਕਹਿੰਦੇ ਕਰਾਚੀ ਵਰਕ, ਕੈਲਕਟਾ ਸਟਾਈਲ ਆ ਜੀ, ਕੈਲਕਟਾ ਸਟਾਈਲ। ਲੋ ਜੀ ਨਜ਼ਰ ਪੱਟੂ ਵੀ ਆ ਗਏ ਆ ਜੀ, ਕਹਿੰਦੇ ਸ਼ੋਪ ਨੂੰ ਨਜ਼ਰ ਨਾ ਲੱਗ ਜਾਵੇ ਜੀ। ਲੋ ਇੰਸਟਾਗ੍ਰਾਮ ਵਾਲਿਓ ਤੁਸੀਂ ਆ ਜਾਓ ਫੇਸਬੁੱਕ ਦੇ ਉੱਤੇ, ਆ ਸਾਡਾ ਫੇਸਬੁੱਕ ਹੈ ਜੀ, ਤੁਸੀਂ ਇੱਥੇ ਆ ਜਾਓ ਇੰਸਟਾਗ੍ਰਾਮ ਵਾਲਿਓ, ਇੱਥੇ ਪੈ ਲੱਗੀਆਂ ਹੁਣ ਫੋਟੋਆਂ। ਇੱਕ ਪਾਸੇ ਆ ਗਿਆ ਜੀ ਬ੍ਰਾਈਡਲ ਸੂਟ, ਇਹ ਜਿਹੜੀ ਭੈਣ ਦਾ ਵਿਆਹ ਆ ਉਹਨੇ ਪਾਣਾ ਬ੍ਰਾਈਡਲ ਸੂਟ, ਤੇ ਮੇਰੀ ਨਾਲ ਦੀ ਭੈਣ ਨੇ ਪਾਣੀ ਆ ਡਰੈਸ। ਆ ਬ੍ਰਾਈਡਲ ਸੂਟ ਪੈ ਗਿਆ, ਤੇ ਆ ਪੈ ਗਈ ਡਰੈਸ, ਇਹਨੂੰ ਕਹਿੰਦੇ ਕੈਲਕਟਾ ਸਟਾਈਲ, ਨਾਲ ਬਣ ਕੇ ਆਇਆ ਜਾਫਾ, ਜਿਹਦੀ ਫੀਲਿੰਗ ਆਣੀ ਹੈ ਲਹਿੰਗੇ ਵਾਲੀ, ਖੁੱਲੀ ਮੋਰੀ ਵਾਲੇ ਜਾਫੇ। ਦੁਪੱਟਾ 4-side ਬਾਰਡਰ ਹੈ ਜੀ, 4-side ਬਾਰਡਰ। ਆ ਮੈਂ ਤੁਹਾਨੂੰ ਕਲੋਥ ਤੋਂ ਦਿਖਾਉਂਦਾ, ਦਬਕੇ ਦੇ ਕੰਮ ਜੀ, ਦਬਕੇ ਦੇ ਸਾਰਾ ਹੀ ਹੈਂਡਮੇਡ ਹੈ, ਹੈਂਡਮੇਡ ਜੀ, ਬੜੀਆਂ ਮਿਹਨਤਾਂ ਜਾਗਦੀਆਂ ਜੀ, ਬੜੀਆਂ ਮਿਹਨਤਾਂ। ਇੱਕ ਪੀਸ ਤਿਆਰ ਕਰਾਈਏ ਕਾਰੀਗਰ ਕੋਲੋਂ ਤੇ 10 ਕਾਰੀਗਰ ਬਿਠਾਉਂਦਾ ਹੈ, ਤੇ 20-25 ਦਿਨਾਂ ਬਾਅਦ ਇੱਕ ਪੀਸ ਉਤਰਦਾ ਜੀ ਅੱਡੇ ਤੋਂ, ਇਹ 20-25 ਦਿਨ ਲੱਗ ਜਾਂਦੇ ਇੱਕ ਪੀਸ ਤਿਆਰ ਕਰਨ ਨੂੰ ਜੀ, ਪੂਰਾ ਬ੍ਰਾਈਡਲ ਦੇ ਵਿਚ ਆ, ਬ੍ਰਾਈਡਲ ਦੇ ਵਿਚ ਜੀ।
ਮੈਂ ਕਿਹਾ ਜਿੱਦਾਂ ਦੀ ਅੱਜ ਕਲੈਕਸ਼ਨ ਦਿਖਾ ਰਹੇ ਆ ਸਟਾਰ ਆਏ ਲਓ ਤੁਸੀਂ, ਹੁਣ ਤਾਂ ਸਟਾਰ ਭੇਜਣੇ ਪੈਣੇ ਆ ਜੀ। ਇਹਨੂੰ ਕਹਿੰਦੇ 3XL, 3XL ਲੋ ਜੀ, ਮੇਲੇ ਚੱਲਦੇ ਪਏ ਆ ਜੀ, ਮੇਲੇ ਚੱਲਦੇ ਪਏ, ਸੇਲ ਲੱਗੀ ਹੋਈ ਆ ਸੂਟਾਂ ਦੀ। ਰਾਤੀ ਸੇਲ ਪਾਈ ਸੀ 1300 ਦੇ 2 ਸੂਟ, ਮੇਲੇ ਚੱਲਦੇ ਪਏ ਆ ਜੀ, ਚੱਲਦੇ ਪਏ, ਸਿਰਫ ਤੁਹਾਡੀ ਵੇਟ ਹੋ ਰਹੀ ਆ ਜੀ। ਦੇਖੋ ਭੈਣਾਂ ਸੂਟ ਲੈ ਰਹੀਆਂ ਜੀ, ਮੇਲੇ ਚੱਲਦੇ ਪਏ ਆ, ਰਸ਼ ਪਿਆ ਹੋਇਆ ਬਹੁਤ ਹੀ, ਸਿਰਫ ਤੁਹਾਡੀ ਵੇਟ ਹੋ ਰਹੀ ਹੈ, ਤੁਸੀਂ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਜੀ, ਸਿਰਫ ਤੁਹਾਡੀ ਵੇਟ ਹੋ ਰਹੀ ਹੈ ਜੀ। ਬੜਾ ਹੀ ਪਿਆਰਾ ਆਰਟੀਕਲ ਬਣ ਕੇ ਆ ਸ਼ੀਸ਼ਿਆਂ ਵਾਲਾ, ਲੈ ਦੇ ਮੈਨੂੰ ਸ਼ੀਸ਼ਿਆਂ ਵਾਲਾ ਸੂਟ ਆਸ਼ੂ ਦੀ ਹੱਟੀ ਫਗਵਾੜਾ ਤੋਂ ਜੀ। ਇਹਨੂੰ ਕਹਿੰਦੇ ਜਾਫਾ, ਜਾਫਾ ਬੜਾ ਹੀ ਪਿਆਰਾ ਜੀ। ਲਿਆਓ ਨੈਕਸਟ ਆਰਟੀਕਲ ਜੀ, ਸਨੀ ਜੱਸਲ ਜੀ ਕਹਿੰਦੇ ਨਾਈਸ ਜੀ ਨਾਈਸ। ਪ੍ਰੀਤ, ਪ੍ਰੀਤ ਦੂਆ ਜੀ ਕਹਿੰਦੇ ਜੈਲੋ ਸੂਟ ਦਾ ਪ੍ਰਾਈਜ਼ ਭਾਜੀ ਦੱਸ ਦੋ, ਜੈਲੋ ਸੂਟ ਦਾ ਪ੍ਰਾਈਜ਼ ਜੀ, ਸ਼ੀਸ਼ਿਆਂ ਵਾਲਾ, ਸ਼ੀਸ਼ਿਆਂ ਵਾਲਾ ਕਹਿੰਦੇ ਜੀ। ਲਿਆਓ ਦਿਓ ਭਾਜੀ। ਲੋ ਜੀ ਸਨੀ ਜੱਸਲ ਜੀ ਨਾਈਸ ਜੀ ਕਹਿੰਦੇ ਨਾਈਸ ਜੀ। ਪ੍ਰੀਤੀ ਦੂਆ ਜੀ ਆ ਜੈਲੋ ਸੂਟ ਦਾ ਪ੍ਰਾਈਜ਼ ਹੈ ਜੀ 4799 ਰੁਪਏ ਦੇ ਵਿੱਚ ਜੀ, ਤੁਹਾਨੂੰ ਲੱਗਣਾ ਇਹ 4799 ਰੁਪਏ ਦੇ ਵਿੱਚ ਜੀ। ਆ ਗਿਆ ਜਾਫਾ ਤੇ ਆ ਗਈ ਆ ਫਰੋਕ, ਸ਼ੋਰਟ ਫਰੋਕ ਦੇ ਨਾਲ ਜੀ। ਇਹਨੂੰ ਕਹਿੰਦੇ ਜੈੱਟ ਬਲੈਕ ਜੀ, ਜੈੱਟ ਬਲੈਕ। ਫੋਨ ਦੇ ਵਿੱਚ ਥੋੜਾ ਰੰਗ ਡੱਲ ਜਾਂਦਾ ਆ, ਲੇਕਿਨ ਇਹ ਹੈਗਾ ਜੈੱਟ ਬਲੈਕ। ਲੋ ਜੀ ਕਹਿੰਦੇ 3890 ਰੁਪਏ ਦੇ ਵਿੱਚ ਜੀ। ਆ ਗਿਆ ਜੀ ਗੋਡਿਆਂ ਵਾਲਾ ਸ਼ਰਾਰਾ, ਗੋਡਿਆਂ ਦੇ ਚੁਨਟ ਵਾਲਾ ਸ਼ਰਾਰਾ ਜੀ, ਜਿਹੜਾ ਲੱਗਦਾ ਭੈਣਾਂ ਨੂੰ ਬੜਾ ਹੀ ਪਿਆਰਾ ਜੀ। ਦੇਖੋ ਪਲੇਟਾਂ, ਏਦਾਂ ਪਲੇਟਾਂ ਪਾ ਕੇ ਸ਼ਰਾਰਾ ਬਣਾਉਣਾ ਹੋਵੇ ਤੇ 5-6 ਮੀਟਰ ਕੱਪੜਾ ਖਾ ਜਾਂਦਾ ਜੀ ਸ਼ਰਾਰਾ, ਤੇ ਕਾਰੀਗਰ ਸਾਡੇ ਪ੍ਰਵਾਹ ਨਹੀਂ ਕਰਦੇ ਕੱਪੜਾ ਵਰਤਣ ਤੋਂ, ਖੁੱਲੇ ਕੱਪੜਿਆਂ ਦੇ ਬਣਾਉਂਦੇ ਆ ਸ਼ਰਾਰੇ। ਕਹਿੰਦੇ ਸ਼ਰਾਰਾ ਹੈਵੀ ਬਣਨਾ ਚਾਹੀਦਾ, ਕੱਪੜਿਆਂ ਦੀ ਕੋਈ ਪਰਵਾਹ ਨਹੀਂ, ਚਾਹੇ 5 ਮੀਟਰ ਲੱਗੇ ਤੇ ਚਾਹੇ ਲੱਗੇ 10 ਮੀਟਰ, ਸ਼ਰਾਰੇ ਬਣਾਉਣੇ ਆਪਾਂ ਭਾਰੇ ਤੋਂ ਭਾਰੇ। ਪ੍ਰੀਤੀ ਦੂਆ ਜੀ ਕਹਿੰਦੇ ਕੁਛ 2000 ਤੱਕ ਵੀ ਦਿਖਾ ਦੋ ਭਾਜੀ। ਲੋ ਜੀ 6099 ਰੁਪਏ ਦੇ ਵਿੱਚ, ਕੁਛ 2000 ਤੱਕ ਵੀ ਖੋਲੋ ਭਾਜੀ। ਲੋ ਜੀ ਹੁਣ ਤੁਹਾਨੂੰ ਦਿਖਾਣ ਜਾ ਰਹੇ ਅਸੀਂ, ਮੈਨੂੰ ਲੱਗਦਾ ਇਹਦਾ ਪ੍ਰਾਈਜ਼ ਹੈਗਾ 3,350 ਤੇ ਬਾਕੀ ਆਪਾਂ ਹੁਣੇ ਭਾਜੀ ਉਹਨਾਂ ਨੂੰ ਪੁੱਛਾਂਗੇ ਵੀ ਕੀ ਰੇਟ ਕੱਢਿਆ ਇਹਦਾ ਜੀ। ਆ ਦੇਖੋ ਜੀ ਫਰੰਟ ਪੂਰਾ ਹੀ ਜਾਲ ਜੀ,
ਇਸੇ ਆਈਟਮ ਦੇ ਵਿੱਚ ਮੇਰੇ ਕੋ 1000-1200 ਦੀ ਰੇਂਜ ਵੀ ਆਂਦੀ ਆ ਜੀ, 1500-2000 ਦੀ ਰੇਂਜ ਵੀ ਆਂਦੀ ਆ, 3000-3500 ਦੀ ਰੇਂਜ ਵੀ ਆਂਦੀ ਆ। ਇਹਦੇ ਵਿੱਚ 3-4 ਤਰ੍ਹਾਂ ਦੀ ਪ੍ਰਾਈਸ ਆਂਦੀ ਆ ਵਾਲੇ ਆਰਟੀਕਲ ਦੇ ਵਿੱਚ ਜੀ। ਤੇ ਇਹਦਾ ਰੇਟ ਭਾਜੀ ਦੱਸਿਓ ਜੀ। 2099 ਲੋ ਜੀ ਪ੍ਰੀਤੀ ਦੂਆ ਜੀ, 2099 ਰੁਪਏ ਦੇ ਵਿੱਚ ਪੈਣਾ ਪੈਂਟ ਦੇ ਨਾਲ। ਆ ਭਾਜੀ ਖੋਲ ਕੇ ਦਿਖਾ ਲਗੇ ਤੁਹਾਨੂੰ ਪੈਂਟ, 2099 ਰੁਪਏ ਦੇ ਵਿੱਚ ਆਹ ਵਾਲਾ ਆਰਟੀਕਲ ਤੁਹਾਡਾ ਆਪਣਾ ਜੀ, ਆਪਣਾ ਸਾਰਾ ਹੈਂਡ ਵਰਕ ਆ ਜੀ, ਹੈਂਡ ਵਰਕ। 3-4000 ਰੁਪਇਆ ਕਢਾਈ ਦਾ ਲੱਗ ਜਾਂਦਾ ਜੀ, ਜਿਹੜਾ ਤੁਹਾਨੂੰ ਦੇਣਾ 2099 ਰੁਪਏ ਦੇ ਵਿੱਚ। ਲੋ ਜੀ ਆ ਗਿਆ 9 ਲੱਖਾਂ ਹਾਰ ਜੀ, ਸਾਰਾ ਹੈਂਡ ਵਰਕ ਦੇ ਨਾਲ ਜੀ ਆ ਗਿਆ 9 ਲੱਖਾਂ ਹਾਰ ਜੀ। ਬੜਾ ਹੀ ਪਿਆਰਾ, ਬਹੁਤ ਹੀ ਸ਼ਾਨਦਾਰ ਪੀਤ ਬਣ ਕੇ ਆਇਆ, ਸਾਰਾ ਹੈਂਡ ਵਰਕ ਆ ਡੋਰੀਆ ਦੇ ਨਾਲ ਜੀ। ਨਾਲ ਆ ਗਿਆ ਮਿਰਰ ਦਾ ਕੰਮ, ਕੋਈ ਪਲਾਸਟਿਕ ਦੇ ਮਿਰਰ ਨਹੀਂ ਆ, ਸ਼ਾਈਨ ਤੋਂ ਪਤਾ ਲੱਗ ਜਾਂਦਾ ਕੱਚ ਦੇ ਮਟੀਰੀਅਲ ਆ, ਕੱਚ ਦੇ ਗਲਾਸ ਹੋਰ ਗੰਜਾ ਦੇ ਵਿੱਚ ਜੀ। ਆ ਗਿਆ ਸ਼ਰਾਰਾ, ਜਦੋਂ ਸ਼ੀਸ਼ੇ ਮਾਰਦੇ ਆ ਚਮਕ ਤੇ ਪਤਾ ਲੱਗ ਜਾਂਦਾ ਵੀ ਸ਼ੀਸ਼ਾ ਹੀ ਲੱਗਾ ਆ ਜੀ, ਪਲਾਸਟਿਕ ਨਹੀਂ ਲੱਗੀ, ਸ਼ੀਸ਼ਾ ਲੱਗਾ ਸ਼ੀਸ਼ਾ। ਲੈ ਦੇ ਸੂਟ ਮੈਨੂੰ ਸ਼ੀਸ਼ਿਆਂ ਵਾਲਾ, ਆਸ਼ੂ ਦੀ ਹੱਟੀ ਬੰਗਾ ਰੋਡ ਤੋਂ ਜੀ। ਲੋ ਜੀ ਇੱਕ ਵਾਰੀ ਫੇਰ ਤੁਹਾਡੇ ਅੱਗੇ ਲੈ ਕੇ ਆ ਗਏ ਆਪਾਂ ਕੱਟ ਸਟਾਈਲ ਦੇ ਨਾਲ ਜੀ, ਕੱਟ ਸਟਾਈਲ ਗੱਬੇ ਆ ਨਾ, ਕੱਟ ਸਟਾਈਲ ਇਹਨੂੰ ਤੁਸੀਂ ਬੰਦ ਵੀ ਕਰਾ ਸਕਦੇ ਭਾਜੀ, ਕਹਿੰਦੇ ਜਿੱਦਾਂ ਉਪਰੋਂ ਬੰਦ ਹੋਇਆ ਵਾ ਨੀਚੇ ਤੱਕ ਵੀ ਪੂਰਾ ਬੰਦ ਕਰਾ ਸਕਦੇ ਆ ਜੀ, ਸਾਰਾ ਹੀ ਹੈਂਡ ਵਰਕ ਆ ਜੀ, ਹੈਂਡ ਵਰਕ ਟੋਟਲੀ ਹੈਂਡ ਵਰਕ ਆ ਜੀ, ਦਬਕਿਆਂ ਦੇ ਕੰਮ ਦੇ ਨਾਲ ਆ ਜੀ, ਦਬਕਿਆਂ ਦੇ ਕੰਮ ਨਾਲ। ਆ ਗਈ ਪੈਂਟ, ਪੈਂਟ ਬੜੀ ਸ਼ਾਨਦਾਰ ਆ ਜੀ, 2399 ਰੁਪਏ ਦੇ ਵਿੱਚ ਜੀ, ਆਹ ਵਾਲਾ ਆਰਟੀਕਲ ਤੁਹਾਡਾ ਆਪਣਾ ਜੀ। ਲੋ ਜੀ ਸਾਈਜ਼ ਕਹਿੰਦੇ ਵੱਡਾ ਲੈ ਕੇ ਆਏ ਆ ਜੀ, 46 ਸਾਈਜ਼, ਇਹਨੂੰ ਕਹਿੰਦੇ 46 ਸਾਈਜ਼ ਜੀ, 46 ਸਾਈਜ਼, 46 ਸਾਈਜ਼ ਦੇ ਵਿੱਚ ਬਣ ਕੇ ਆ ਗਿਆ ਜੀ ਆਹ ਵਾਲਾ ਆਰਟੀਕਲ, ਬਹੁਤ ਹੀ ਹੈਵੀ ਪੀਸ ਬਣ ਕੇ ਆਇਆ ਹੈਂਡ ਵਰਕ ਦੇ ਨਾਲ ਜੀ। ਲੋ ਜੀ ਦੁਪੱਟੇ ਆ ਗਏ 2.5-2.5 ਮੀਟਰ ਦੇ, ਫੇਰ ਕੋਈ ਲੈਸਾਂ ਨੀ ਲਵਾਂਦੇ ਭਾਜੀ, ਭਾਜੀ ਤੁਹਾਡੇ ਲਈ ਮਿਹਨਤਾਂ ਕਰਦੇ ਤੁਹਾਡੇ ਲਈ ਸਾਰਾ। ਆਹ ਦੇਖ ਲੋ ਜਿਹੜੀ ਸ਼ਰਟ ਦੇ ਉੱਤੇ ਕਢਾਈ ਆ ਉਹੀ ਦੁਪੱਟੇ ਦੇ ਉੱਤੇ ਕਢਾਈ ਆ, ਤੇ ਉਹੀ ਪੈਂਟ ਦਾ ਬਾਰਡਰ ਆ ਗਿਆ ਜੀ ਨਾਲ ਦੀ ਕਢਾਈ ਦੁਪੱਟੇ ਦੇ ਉੱਤੇ। ਤੇ ਰੇਟ ਭਾਜੀ ਦੱਸੋ ਰੇਟ, 2799 ਲੋ ਜੀ, 46 ਸਾਈਜ਼ ਆ ਜੀ, 46 ਸਾਈਜ਼, ਤੇ ਰੇਟ ਕੱਢਿਆ 2799 ਰੁਪਏ ਦੇ ਵਿੱਚ ਜੀ। ਜਿਹੜੇ ਆਰਟੀਕਲ ਤੁਹਾਨੂੰ ਆ 46-46 ਸਾਈਜ਼ਾਂ ਦੇ ਪੀਸ 5-5-6-6 ਹਜ਼ਾਰ ਦੀਆਂ ਰੇਂਜਾਂ ਚ ਮਿਲਦੇ ਆ, ਆਜੋ ਆਸ਼ੂ ਦੀ ਹੱਟੀ ਤੇ ਤੁਹਾਨੂੰ ਦਵਾਂਗੇ 2799 ਰੁਪਏ ਦੇ ਵਿੱਚ।
ਲੋ ਜੀ ਇਹ ਤੁਹਾਨੂੰ ਆਪਾਂ ਰਾਤੀ ਵੀ ਦਿਖਾਈ ਸੀਗੀ ਫਰੋਕ ਜੀ, ਤੇ ਹੁਣ ਫੇਰ ਆ ਗਈ ਫਰੋਕ ਜੀ। ਇਹ ਵਾਲੇ ਆਰਟੀਕਲ ਟੀਨੇਜਰ ਕੁੜੀਆਂ ਲਈ ਜੀ, ਟੀਨੇਜਰ ਕੁੜੀਆਂ ਲਈ ਇਹ ਵਾਲੇ ਆਰਟੀਕਲ ਹੁਣ ਆਪਾਂ ਤੁਹਾਨੂੰ ਮੁੱਕਣ ਨੀ ਦੇਣੇ। ਇਹ ਹਰ ਟਾਈਮ ਅਵੇਲੇਬਲ ਹੋਣਗੇ, ਹਰ ਟਾਈਮ ਅਵੇਲੇਬਲ ਜੀ। ਇਹਦੀ ਸਟਿਚਿੰਗ ਸ਼ਰਾਰੇ ਸੂਟ ਦੀ ਸਟਿਚਿੰਗ ਘੱਟੋ ਘੱਟ ਸਟਿਚਿੰਗ 1300-1400 ਰੁਪਿਆ ਸਟਿਚਿੰਗ ਆ ਜੀ ਇਹਦੀ, 1300-1400 ਰੁਪਿਆ ਸਟਿਚਿੰਗ ਆ ਜੀ। ਤੇ ਕੱਪੜਾ ਕੱਲਾ 1500-2000 ਰੁਪਏ ਦਾ ਕੱਪੜਾ ਜੀ, ਤੇ ਸੂਟ ਪੈ ਦਾ 3000-3500 ਦਾ। ਆਪਾਂ ਦੋਨੇ ਭਾਜੀ ਦੇ ਦਾਂਗੇ 3000 ਦੇ ਦੋ, 1500 ਦਾ ਦੇ ਦਿੰਦੇ ਭਾਜੀ, 3000 ਦੇ ਦੋ। ਆਹ ਵਾਲੇ ਆਰਟੀਕਲ ਲੋ ਜੀ, ਕਹਿੰਦੇ ਅੱਜ ਦਾ ਦਿਨ ਨਹੀਂ ਆ, ਉੱਪਰ ਇਹਦੀ 2000 ਦੇ ਦੋ ਮਿਲ ਜਾਣੇ ਤੁਹਾਨੂੰ, ਜਾਣੀ 1000 ਰੁਪਏ ਦਾ ਸੂਟ ਪੈ ਗਿਆ ਜੀ, 1000 ਰੁਪਏ ਦਾ ਸੀਤਾ ਸਮਾਇਆ, ਉਹ ਵੀ ਫਰਾਕ ਦੇ ਨਾਲ ਆ, ਫਰਾਕ ਦੇ ਨਾਲ ਸ਼ਰਾਰਾ, 2000 ਦੇ ਦੋ ਸੂਟ। ਇਹਨੂੰ ਕਹਿੰਦੇ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਜੀ। ਜੀ ਮੇਲੇ ਚੱਲਦੇ ਪਏ ਆ, 1300 ਦੇ ਦੋ ਸੂਟ ਆ, ਮੇਲੇ ਭਰਪੂਰ ਚੱਲਦੇ ਪਏ ਆ ਜੀ, ਸਿਰਫ ਤੁਹਾਡੀ ਵੇਟ ਹੋ ਰਹੀ ਆ, ਤੁਸੀਂ ਜਲਦੀ ਤੋਂ ਜਲਦੀ ਵਿਜਿਟ ਕਰੋ ਜੀ। ਮੇਲੇ ਚੱਲਦੇ ਪਏ ਆ, 3 ਤਰ੍ਹਾਂ ਦੀਆਂ ਸੇਲਾਂ ਲੱਗੀਆਂ ਹੋਈਆਂ, 1300 ਦੇ ਦੋ ਸੂਟ, 150 ਰੁਪਏ ਦਾ ਸੂਟ ਤੇ 525-25 ਵਾਲੇ ਸੂਟ ਜੀ, 3 ਸੇਲਾਂ ਚੱਲਦੀਆਂ ਪਈਆਂ, ਭਾਜੀ ਬਿਜੀ ਆ ਜੀ। ਮੇਲੇ ਚੱਲਦੇ, ਤੁਹਾਡੀ ਵੇਟ ਹੋ ਰਹੀ ਆ, ਤੁਸੀਂ ਜਲਦੀ ਤੋਂ ਜਲਦੀ ਵਿਜਿਟ ਕਰੋ ਜੀ। ਇੱਥੇ ਮੋਰਨਿੰਗ ਹੀ ਮੇਲੇ ਲੱਗ ਜਾਂਦੇ, ਮੋਰਨਿੰਗ ਹੀ ਜੀ, ਸਵੇਰੇ ਤੜਕੇ ਹੀ ਮੇਲੇ ਲੱਗ ਜਾਂਦੇ ਆ ਜੀ। ਸਾਰਾ ਹੀ ਹੈਂਡ ਵਰਕ ਆ ਜੀ, ਹੈਂਡ ਵਰਕ ਰੇਸ਼ਮ ਦਾ ਕੰਮ ਆ, ਰੇਸ਼ਮ ਦਾ ਜੀ। ਆ ਦੇਖੋ ਪੈਂਟ ਪਲਾਜ਼ੋ ਕਿੰਨਾ ਸ਼ਾਨਦਾਰ ਆ ਜੀ, ਪਹਿਲੋਂ ਭੈਣਾਂ ਇਹਨੂੰ ਪੈਰਲਰ ਕਹਿੰਦੀਆਂ ਹੁੰਦੀਆਂ ਸੀ, ਹੁਣ ਕਹਿਣ ਲੱਗ ਪਈਆਂ ਪੈਂਟ ਪਲਾਜ਼ੋ। ਬੜਾ ਹੀ ਸ਼ਾਨਦਾਰ ਆਰਟੀਕਲ ਬਣ ਕੇ ਆ ਪੈਂਟ ਪਲਾਜ਼ੋ ਦੇ ਨਾਲ ਜੀ, ਤੇ ਰੇਟ ਵੀ ਭਾਜੀ ਦੱਸ ਕੇ ਜਾਇਓ। 1600-1700 ਰੁਪਏ ਦਾ ਦੇਣਾ ਆਪਾਂ। ਲੋ ਜੀ ਕਹਿੰਦੇ 1600-1700 ਰੁਪਏ ਦਾ ਦੇ ਦੇਣਾ ਆਹ ਵਾਲਾ ਆਰਟੀਕਲ, ਇਹਦਾ ਸਕਰੀਨ ਸ਼ੋਟ ਲੈ ਕੇ ਰੱਖ ਲੋ ਜੀ। ਏਦਾਂ ਦੇ ਆਰਟੀਕਲ 1600-2000-1500 ਵਾਲੇ ਆਰਟੀਕਲ, ਜਿਹੜਾ ਲੈ ਗਿਆ, ਜਿਹੜਾ ਰਹਿ ਗਿਆ ਜੀ। ਇਹ ਤੁਹਾਡੇ ਕਰਕੇ ਮਿਹਨਤ ਕਰਦੇ ਆਸ਼ੂ ਭਾਜੀ, ਤੁਹਾਡੇ ਕਰਕੇ ਜੀ। ਦੇਖੋ ਨੈਕ ਲਾਈਨ ਸਾਰਾ ਹੈਂਡ ਵਰਕ, ਇਹਨੂੰ ਕਹਿੰਦੇ ਪਿਓਰ ਖੀਮ ਖਾਬ, ਇਹ ਫੁੱਲ ਪਿਓਰ ਦਾ ਕੱਪੜਾ ਜੀ, ਜਿੱਤੇ ਆ ਕੇ ਕੱਪੜੇ ਦਾ ਹੋ ਜਾਂਦਾ ਐਂਡ, ਉਹ ਵਾਲੇ ਫੈਬਰਿਕ ਦੇ ਵਿੱਚ ਆ, ਨੀਚੇ ਘੇਰਾ ਬੜਾ ਹੀ ਸ਼ਾਨਦਾਰ ਆ ਜੀ, ਨਾਲ ਬਣ ਕੇ ਆਈ ਹੈ ਰੋ ਸਿੱਕ ਦੀ ਪੈਂਟ, ਪਿਓਰ ਰੋ ਸਿੱਕ ਦੀ ਪੈਂਟ ਜੀ। ਲੋ ਜੀ ਇਹਨੂੰ ਕਹਿੰਦੇ ਆ ਜੀ ਜਾਫਾ, ਫਰਿੱਲ ਦੇਖੋ ਜੀ, ਫਰਿੱਲ ਆ ਇੱਕ ਫਰਿੱਲ ਆ ਜੀ, ਪੂਰੀ ਇੱਕ ਫਰਿੱਲ, ਤੇ ਆ ਆ ਗਈ ਨਾਲ ਦੂਜੀ ਫਰਿੱਲ, ਲਹਿੰਗੇ ਤੋਂ ਵੀ ਵੱਡੀ ਫਰਿੱਲ ਜੀ, ਤੇ ਨਾਲ ਕਰੋਪ ਟੋਪ ਬੜਾ ਹੀ ਪਿਆਰਾ ਜੀ। ਤੁਹਾਨੂੰ ਇੱਥੇ ਡਿਜ਼ਾਈਨਰ ਪੀਸ, ਬੁਟੀਕਾਂ ਦੇ ਪੀਸ, ਸਟੇਟ ਸੂਟ, ਲਹਿੰਗਿਆਂ ਦੇ ਨਾਲ ਹਰ ਤਰ੍ਹਾਂ ਦੇ ਆਰਟੀਕਲ ਮਿਲ ਜਾਣੇ ਆ ਜੀ, ਇੱਕੋ ਹੀ ਛੱਤ ਥੱਲੇ। ਇਹਨੂੰ ਕਹਿੰਦੇ ਕਰੋਪ ਟੋਪ ਜੀ, ਕਰੋਪ ਟੋਪ।
ਰੰਗ ਬਣ ਕੇ ਆਏ ਦੋ, ਇੱਕ ਪਾਸੇ ਭਾਜੀ ਨੇ ਖੋਲਿਆ ਫਿਰੋਜੀ ਰੰਗ ਤੇ ਇੱਕ ਪਾਸੇ ਖੋਲਿਆ ਗੇਰੂਆਂ ਕਲਰ ਜੀ, ਇਹਨੂੰ ਕਹਿੰਦੇ ਆ ਜੀ ਗੇਰੂਆਂ ਕਲਰ ਜੀ। ਬੜਾ ਹੀ ਸ਼ਾਨਦਾਰ ਆ ਜੀ, ਬੜਾ ਹੀ ਸ਼ਾਨਦਾਰ। ਭਾਜੀ ਕਹਿੰਦੇ ਪ੍ਰਾਈਜ ਪਲੀਜ਼। ਲੋ ਜੀ ਆਹ ਵਾਲਾ ਆਰਟੀਕਲ ਤੁਹਾਨੂੰ ਦੇ ਦੇਣਾ 3999 ਰੁਪਏ। ਜੇ ਤੁਹਾਨੂੰ 3500 ਦਾ ਵੀ ਕੋਈ ਦੇ ਗਿਆ ਤੇ ਆਸ਼ੂ ਦੀ ਹੱਟੀ ਵੱਲੋਂ ਗਿਫਟ ਵੀ ਹੈ ਜੀ। ਆਸ਼ੂ ਦੀ ਹੱਟੀ ਵਾਲੇ ਗਿਫਟ ਦੇ ਦਿੰਦੇ ਗਿਫਟ। ਉਹ ਕਹਿੰਦੇ ਪਿੰਕ ਵਾਲਾ 48 ਸਾਈਜ਼ ਆ, ਉਹ ਚ ਕਲਰ ਹੋਰ ਹੈਗੇ। ਕਿਹੜਾ ਪਿੰਕ 48 ਸਾਈਜ਼ ਖੋਲਿਆ ਸੀ? ਡਿਜ਼ਾਈਨਿੰਗ ਇੰਨੀ ਹੈ ਜੀ, ਆਪਾਂ ਤਾਂ ਖੋਲਦੇ ਖੋਲਦੇ ਭੁੱਲ ਜੀਦਾ ਜੀ ਕਿਹੜੇ ਖੋਲੇ ਆ ਕਿਹੜੇ ਨਹੀਂ ਖੋਲੇ ਜੀ। ਹਾਂ ਦੇਖੋ ਜੀ 1300 ਦੇ ਦੋ ਸੂਟ ਆ ਜੀ, 1300 ਦੇ ਦੋ ਤੁਹਾਡੇ ਲਈ ਮੇਲੇ ਲਾਏ ਹੋਏ ਆ, ਸਿਰਫ ਤੁਹਾਡੀ ਵੇਟ ਹੋ ਰਹੀ ਹੈ, ਤੁਸੀਂ ਜਲਦੀ ਤੋਂ ਜਲਦੀ ਕਰੋ ਵਿਜਿਟ ਜੀ। 1300 ਦੇ ਦੋ ਸੂਟ ਆ ਜੀ, ਦੋ, ਇੱਕ ਨੀ ਦੇਣਾ 1300 ਦਾ, ਆਪਾਂ ਦੇ ਦੇਣੇ ਦੋ। ਹੈਂਡ ਵਰਕ ਵੀ ਵਿੱਚ, ਘੇਰੇ ਵੀ ਕੱਟੇ ਆ, ਕਈਆਂ ਦੇ ਗਲੇ ਵੀ ਕੱਟੇ ਆ, ਕਈਆਂ ਦੀਆਂ ਸਲਵਾਰ। ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਦਵਾਰ ਤੋਂ ਫੇਰ ਤੁਹਾਡੇ ਨਾਲ ਲਾਈਵ ਹੁੰਦੇ ਆ। ਆਸ਼ੂ ਦੀ ਹੱਟੀ ਇੱਦਾਂ ਖੋਲਿਓ ਅਰਮਨ ਲਿਆਈ ਰਵੀ। ਆ ਲੋ ਜੀ ਪੀਸ ਕਿੰਨਾ ਸ਼ਾਨਦਾਰ, ਖੋਲੋ ਤੇ ਹੋਏ ਹੋਏ। ਹਲੇ ਕਾਰੀਗਰ ਸੈਂਪਲ ਦੇ ਕੇ ਗਿਆ, ਚੈੱਕ ਕਰਿਓ ਪੀਸ ਦੀ ਕੁਆਲਿਟੀ। ਪੂਰਾ ਫਰੰਟ ਜਾਲ ਮੋਰਨੀਆ ਭਾਈ ਦਿਖਾਓ, ਬੋਟਮ ਦੇ ਵਰਕ ਵੀ ਜਰੂਰ ਹੋਊਗਾ ਉਹਦੇ। ਲੋ ਜੀ ਬੋਟਮ ਦੇ ਵਰਕ ਵੀ ਆਇਆ ਜੀ, ਬਾਜੂ ਵੀ ਆ, ਬਾਜੂ ਦੇ ਵਰਕ ਵੀ ਆ, ਬੋਟਮ ਵੀ ਦਿਖਾਓ। ਆ ਲੋ ਬਾਜੂ, ਇਹ ਨੀ ਕਿ ਨਿੱਕਾ ਜਿਹਾ ਫੁੱਲ ਪਾ ਕੇ ਗਿਆ ਤਾਂ ਬੋਟਮ ਦੇ ਵਰਕ ਆ ਗਿਆ, ਨਿੱਕਾ ਜਿਹਾ ਫੁੱਲ ਪਾ ਕੇ ਗਿਆ ਤਾਂ ਸਲਵਾਰ ਦੇ ਵਰਕ ਆ ਗਿਆ। ਆ ਗਈ ਬੋਟਮ ਦੇ ਵਰਕ, ਆ ਗਏ ਬਾਜੂ, ਚਾਹੇ ਲੌਂਗ ਲੈਂਥ ਰੱਖੋ ਕਰੋ ਸਿੱਧਾ ਭਾਜੀ, ਤੇ ਹੁਣ ਖੋਲੋ ਦੁਪੱਟਾ। ਆਇਆ ਪੂਰਾ ਹੈਵੀ ਦੁਪੱਟਾ, ਚਨੋਨ ਦਾ ਓਰਿਜਿਨਲ ਕਮਲ ਚਨੋਨ ਦਾ, ਲੈਸਾ ਚੱਕਾ ਕਰ ਲਿਓ, ਦੁਪੱਟਾ ਚੱਕਾ ਕਰ ਲਿਓ। ਆ ਦੇਖੋ ਦੁਪੱਟਾ ਨਾਲ, ਆ ਦੇਖੋ ਖਿੜਿਆ ਪਿਆ ਦੁਪੱਟਾ, ਖਿੜਿਆ ਪਿਆ ਚਮ ਚਮਾਉਂਦਾ, ਫੋਰ ਸਾਈਡ ਦੁਪੱਟਾ ਜੀ। ਤੇ ਪ੍ਰਾਈਜ਼ ਦਵਾਂਗੇ ਤੁਹਾਨੂੰ, ਹਲੇ ਪੀਸ ਬਣ ਕੇ ਆਇਆ ਸੈਂਪਲ ਹੀ, ਕਾਰੀਗਰ ਦੇ ਕੇ ਗਿਆ। ਆਹ ਵਾਲਾ ਪੀਸ ਬਰਾਈਡਲ, ਇਹ ਵਾਲਾ ਪੀਸ ਦੇਖੀ ਕਹਿੰਦਾ ਬਾਈ 2634। ਓਏ 2634 ਰੁਪਏ ਦਾ ਪੀਸ ਆ ਜੀ, 2634 2634 ਰੁਪਏ ਦੇ ਵਿੱਚ ਫੋਰ ਸਾਈਡ ਪੂਰਾ ਹੈਵੀ 2634। ਚਲੋ ਭਾਜੀ ਇਹਨੂੰ ਇੱਥੇ ਪਾ ਲਓ ਲਵਾ ਲਿਖਣ ਲੱਗੇ। ਆ ਫੜੋ ਜੀ ਆਹ ਵਾਲਾ ਅਰਮਨ 2634 ਟੈਗ ਨਾਲ, ਆ ਚੈੱਕ ਕਰਿਓ। ਉਹ ਵਾਹ ਜੀ ਵਾਹ, ਫੋਟੋ ਵਾਲਾ ਨਹੀਂ ਅਰਮਨ ਰੱਖ ਲੈਂਦੇ ਭਾਈ, ਚੈੱਕ ਕਰਿਓ ਕਿੰਨਾ ਸੋਹਣਾ ਡਿਜ਼ਾਈਨ ਆ। ਪੂਰਾ ਭਰਮਾ ਫਰੰਟ ਵੀ ਹੈਵੀ ਭਾਈ, ਬੋਟਮ ਇਹਦੀ ਵੀ ਜਰੂਰ ਹੈਵੀ ਹੋਊਗੀ। ਓਏ ਹੋਏ 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 ਹੋਏ, ਓਏ ਮਜ਼ਾ ਆ ਗਿਆ। ਬਾਜੂ ਤੇ ਬੋਟਮ ਚਮ ਚਮਾਉਂਦਾ ਪੀਸ, ਤੇ ਨਾਲ ਪੂਰਾ ਹੈਵੀ ਪੀਸ। ਫੋਟੋ ਕਿੱਥੇ ਗਈ ਜੀ? ਫੋਟੋ ਦੇਖ ਲਓ ਨੀ ਇਹਦੇ ਵਾਲੀ, ਅਰੇ
ਹੈ ਨੀ, ਚਲੋ ਦਿਖਾ ਦਿੰਦੇ ਫੋਟੋ ਦਿਖਾ ਦਿੱਤੀ ਉਹਨਾਂ ਨੇ, ਲੱਭੋ ਫੋਟੋ ਇੱਥੇ ਕਿਤੇ ਪਈ ਹੋਣੀ। ਵੈਸੇ ਭਾਜੀ ਮੈਂ ਕਹਿੰਦਾ ਲਾਈਵ ਜਿਹੜੀ ਮਜ਼ਾ ਆ ਨਾ ਦੇਖਣ ਦਾ ਭਾਜੀ, ਉਹਦਾ ਵੱਖਰਾ ਹੀ ਆ। ਚਲੋ ਕੋਈ ਨੀ, ਆ ਹੈਗਾ ਪੂਰਾ ਹੈਵੀ ਪੀਸ ਦੇਖੀ ਮੈਂ, ਆਹ ਦੁਪੱਟਾ ਹੈ ਜੀ, ਉਹ ਦੁਪੱਟਾ ਪੂਰਾ ਹੈਵੀ ਦਿਖਾਓ ਭਾਜੀ, ਦੁਪੱਟਾ ਪੂਰਾ ਫੋਰ ਸਾਈਡ ਦੁਪੱਟਾ ਪੂਰਾ। ਤੇ ਪ੍ਰਾਈਜ ਦੇਖਿਓ ਭਾਈ ਬਾਬਾ ਜੀ, ਰੀਜਨਲ ਕਰੇਪ ਦੇ ਉੱਪਰ ਹੈ, ਰੀਜਨਲ ਕਰੇਪ ਦੇ ਉੱਪਰ। ਆ ਲਓ ਜੀ, ਆ ਗਿਆ ਫੋਟੋ ਵਾਲਾ ਪੀਸ, ਸੇਮ ਟੂ ਸੇਮ। ਪ੍ਰਾਈਜ ਬੋਲੋ ਭਾਈ, ਪ੍ਰਾਈਜ ਪੱਚੀ ਸੋ ਚੌਦਾਂ ਰੁਪਏ। ਮੋਰ ਵੀ ਚੈੱਕ ਕਰ ਲਈਓ, 2514 ਰੁਪਏ ਵਿੱਚ ਜੀ, 2514 ਚਨੋਨ ਦਾ ਦੁਪੱਟਾ ਨਾਲ ਹੈ ਵੀ। ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ ਜੀ, ਧੰਨਵਾਦ ਜੀ।